ਮਾਨਸਾ ਦੀ ਦੂਸਰੀ ਧੀ ਜਿਹੜੀ ਪਿੰਡ ਰੱਲੇ ਤੋਂ ਉਸੇ ਪਿੰਡ ਦੀ ਉਸੇ ਸਕੂਲ ਦੀ ਲੜਕੀ ਜਿਹੜੀ ਹੈ ਜਿਸਨੇ ਦੂਜਾ ਸਥਾਨ ਹਾਸਲ ਕੀਤਾ ਨੰਬਰਾਂ ਦੇ ਹਿਸਾਬ ਨਾਲ ਪਹਿਲਾਂ ਹੀ ਹੈ ਪਰ ਉਮਰ ਦੇ ਹਿਸਾਬ ਨਾਲ ਦੂਸਰਾ ਬਣਿਆ 500 ਚੋਂ 500 ਹਾਸਲ ਕੀਤੇ ਅੰਕ ਜਦੋਂ ਪਤਾ ਲੱਗਿਆ ਫਿਰ ਕਿੰਨਾ ਕੁ ਫਰਕ ਪਿਆ ਘਰੇ ਫਿਰ ਬਹੁਤ ਫਰਕ ਪਿਆ ਬਹੁਤ ਫਰਕ ਪਿਆ ਅੱਛਾ ਕੌਣ ਕੌਣ ਲੜਦਾ ਸੀ ਪੜ੍ਹਨ ਵਾਸਤੇ ਵੀ ਭਾਈ ਪੜ੍ਹਦੀ ਨਹੀਂ ਦਾਦੀ ਮੰਮੀ ਡੈਡੀ ਸੌਰੀ ਹੈ ਅੱਛਾ ਸਾਰੇ ਮਾਂਗਰ ਪੈ ਜਾਂਦੇ ਸੀ ਫਿਰ ਪੜ੍ਹਦੇ ਸੀ ਫਿਰ ਤੁਸੀਂ ਲੱਗਦਾ ਵੀ ਉਹਨਾਂ ਦਾ ਝਿੜਕਿਆ ਕੰਮ ਆ ਗਿਆ ਹਾਂਜੀ ਹੈ ਹਾਂਜੀ ਅੱਛਾ ਪਹਿਲਾਂ ਕੀ ਚੱਲਦਾ ਸੀ ਮਨ ਚ ਜਦੋਂ ਰਿਜ਼ਲਟ ਆਇਆ ਨਹੀਂ ਸੀਗਾ ਫਿਰ ਕੀ ਸੋਚੀ ਜਾਂਦੇ ਸੀ ਵੀ ਮੈਂ ਪਹਿਲੇ ਤੇ ਆਉਂ ਮੈਂ ਦੂਜੇ ਤੇ ਆਉਂ ਤੀਸਰੇ ਤੇ ਆਉਂ ਦਾਦੀ ਨੂੰ ਕਿੰਨੀ ਖੁਸ਼ੀ ਹੈ ਉਹ ਗੱਲਬਾਤ ਕਰਦੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਮਾਸਟਰਾਂ ਦਾ ਵੀ ਬਹੁਤ ਬਹੁਤ ਖੁਸ਼ੀ ਹੈ ਜੀ ਮੈਨੂੰ ਵੀ ਅੱਜ ਮੇਰੀ ਪੋਤੀ ਪਹਿਲੇ ਨੰਬਰ ਤੇ ਆ ਚੁੱਕੀ ਹੈ ਅੱਜ ਪੋਤੀ ਨੇ ਨਾਂ ਰੋਸ਼ਨ ਕੀਤਾ ਲੱਗਦਾ ਨਹੀਂ ਵੀ ਉਹ ਸੋਚ ਬਦਲਣੀ ਪਊਗੀ ਵੀ ਕੁੜੀਆਂ ਨੂੰ ਪਹਿਲ ਦੇਣੀ ਪਊ ਹੁਣ ਨਾ ਜੀ ਮੈਂ ਤਾਂ ਬਹੁਤ ਖੁਸ਼ੀ ਕੀਤੀ ਹੈ ਮੇਰੀ ਪੋਤੀ ਨੇ ਬਹੁਤ ਬਹੁਤ ਧੰਨਵਾਦ ਕਰਿਆ ਅੱਜ ਸਾਰੇ ਮੈਨੂੰ ਵਧਾਈਆਂ ਦੇਈ ਜਾਂਦੇ ਨੇ ਸਾਰਿਆਂ ਨੇ ਧੰਨਵਾਦ ਵੀ ਸਾਰਿਆਂ ਦਾ ਲੋਕ ਸੋਚਦੇ ਵੀ ਕੁੜੀਆਂ ਨੂੰ ਅੱਗੇ ਨਹੀਂ ਆਉਣਾ ਚਾਹੀਦਾ ਕੁੜੀਆਂ ਮਤਲਬ ਪਿੱਛੇ ਹੁੰਦੀਆਂ ਨੇ ਮੁੰਡਿਆਂ ਤੋਂ ਅੱਗੇ ਨਹੀਂ ਜਾ ਸਕਦੀਆਂ ਹਨਾ ਮੁੰਡੇ ਅੱਗੇ ਹੁੰਦੇ ਨੇ ਕੀ ਕਹੋਗੇ ਉਹਨਾਂ ਨੂੰ ਉਹ ਬਾਤ ਪੜ੍ਹਦੇ ਨਹੀਂ ਹੁੰਦੇ ਅੱਛਾ ਮੁੰਡੇ ਪੜ੍ਹਦੇ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਅਤੇ ਮੈਂ ਪਰਮਦੀਪ ਰਾਣਾ ਅੱਜ ਪੰਜਵੀਂ ਕਲਾਸ ਦੇ ਨਤੀਜੇ ਆਏ ਨੇ ਅਤੇ ਧੀਆਂ ਨੇ ਫਿਰ ਮੱਲਾਂ ਮਾਰੀਆਂ ਨੇ ਮਾਨਸਾ ਦੀ ਗੱਲ ਕਰਦੇ ਹਾਂ ਕਲਾ ਦੀ ਗੱਲ ਕਰਦੇ ਹਾਂ ਤਾਂ ਹਰ ਪਾਸੇ ਮਾਨਸਾ ਦਾ ਟੈਲੈਂਟ ਜਿਹੜਾ ਹੈ ਉਹ ਨਿਖਰ ਕੇ ਸਾਹਮਣੇ ਆਉਂਦਾ ਤਾਂ ਉਸੇ ਤਰ੍ਹਾਂ ਮਾਨਸਾ ਦੀ ਦੂਸਰੀ ਧੀ ਜਿਹੜੀ ਪਿੰਡ ਰੱਲੇ ਤੋਂ ਉਸੇ ਪਿੰਡ ਦੀ ਉਸੇ ਸਕੂਲ ਦੀ ਲੜਕੀ ਜਿਹੜੀ ਹੈ ਜਿਸਨੇ ਦੂਜਾ ਸਥਾਨ ਹਾਸਲ ਕੀਤਾ ਨੰਬਰਾਂ ਦੇ ਹਿਸਾਬ ਨਾਲ ਪਹਿਲਾਂ ਹੀ ਹੈ ਪਰ ਉਮਰ ਦੇ ਹਿਸਾਬ ਨਾਲ ਦੂਸਰਾ ਬਣਿਆ ਨਾਮ ਨਵਦੀਪ ਹੈ ਅਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪੂਰਾ ਪਿੰਡ ਵਧਾਈ ਦੇਣ ਆ ਰਿਹਾ ਸਕੂਲ ਵੀ ਵਧਾਈ ਦੇਣ ਆਇਆ ਪੂਰਾ ਸਟਾਫ ਵਧਾਈ ਦੇਣ ਆਇਆ ਗੱਲਬਾਤ ਕਰਦੇ ਹਾਂ ਨਵਦੀਪ ਦੇ ਚਿਹਰੇ 'ਤੇ ਵੀ ਖੁਸ਼ੀ ਹੈ ਨਵਦੀਪ ਕਿੱਦਾਂ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਹਾਂ ਅਤੇ 500 'ਚੋਂ 500 ਹਾਸਲ ਕੀਤੇ ਅੰਕ ਜਦੋਂ ਪਤਾ ਲੱਗਿਆ ਫਿਰ ਕਿੰਨਾ ਕੁ ਫਰਕ ਪਿਆ ਘਰੇ ਫਿਰ ਬਹੁਤ ਫਰਕ ਪਿਆ ਬਹੁਤ ਫਰਕ ਪਿਆ ਅੱਛਾ ਕਿੰਨੀ ਕੁ ਮਿਹਨਤ ਕੀਤੀ ਹੈ ਨਵਦੀਪ ਨੇ ਬਹੁਤ ਮਿਹਨਤ ਕੀਤੀ ਕਿੰਨਾ ਕੁ ਔਖਾ ਹੁੰਦਾ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਆਉਣਾ ਬਹੁਤ ਔਖਾ ਹੁੰਦਾ ਹੈ ਬਹੁਤ ਔਖਾ ਹੁੰਦਾ ਅੱਛਾ ਕੌਣ ਕੌਣ ਲੜਦਾ ਸੀ ਪੜ੍ਹਨ ਵਾਸਤੇ ਵੀ ਭਾਈ ਪੜ੍ਹਦੀ ਨਹੀਂ ਦਾਦੀ ਮੰਮੀ ਡੈਡੀ ਸੌਰੀ ਹਾਂ ਹੈ ਹਾਂ ਅੱਛਾ ਸਾਰੇ ਮਾਂਗਰ ਪੈ ਜਾਂਦੇ ਸੀ ਫਿਰ ਪੜ੍ਹਦੇ ਸੀ ਫਿਰ ਤੁਸੀਂ ਹਾਂ ਅੱਛਾ ਲੱਗਦਾ ਵੀ ਉਹਨਾਂ ਦਾ ਝਿੜਕਿਆ ਕੰਮ ਆ ਗਿਆ ਹਾਂਜੀ ਹੈ ਹਾਂਜੀ ਅੱਛਾ ਪਹਿਲਾਂ ਕੀ ਚੱਲਦਾ ਸੀ ਮਨ ਚ ਜਦੋਂ ਰਿਜ਼ਲਟ ਆਇਆ ਨਹੀਂ ਸੀਗਾ ਫਿਰ ਕੀ ਸੋਚੀ ਜਾਂਦੇ ਸੀ ਵੀ ਮੈਂ ਪਹਿਲੇ ਤੇ ਆਉਂ ਮੈਂ ਦੂਜੇ ਤੇ ਆਉਂ ਤੀਸਰੇ ਤੇ ਆਉਂ ਅੱਛਾ ਇਹ ਨਹੀਂ ਛੱਡਣਾ ਵੀ ਦੂਸਰਾ ਨੰਬਰ ਹੈ ਦੂਸਰਾ ਨੰਬਰ ਉਮਰ ਕਰਕੇ ਪਤਾ ਹੈ ਇੰਨੀ ਗੱਲ ਸਮਝ ਲੱਗੀ ਹਾਂਜੀ ਕਿਉਂ ਮੇਰੀ ਉਮਰ ਵੱਡੀ ਸੀ ਹਾਂ ਤੁਹਾਡੇ ਕਿੰਨੇ ਆਏ ਨੰਬਰ ਮੇਰੇ 500 ਚੋਂ 500 ਨੰਬਰ ਆਏ ਨੇ ਆਪਾਂ ਉਹ ਫੀਲ ਨਹੀਂ ਕਰਨਾ ਵੀ ਦੂਸਰਾ ਸਥਾਨ ਹੈ 500 ਚੋਂ 500 ਤੁਹਾਡੇ ਆਏ 500 ਚੋਂ 500 ਹੀ ਉਹਦੇ ਆਏ ਆ ਹਾਂਜੀ ਠੀਕ ਹੈ ਨਾ ਤੇ ਕਿਵੇਂ ਲੱਗਦਾ ਫਿਰ ਘਰ ਦੇ ਵਿੱਚ ਮਤਲਬ ਮਾਹੌਲ ਇੱਕਦਮ ਬਦਲ ਗਿਆ ਜਦੋਂ ਰਿਜ਼ਲਟ ਪਤਾ ਲੱਗਾ ਹਾਂਜੀ ਹੈ ਹਾਂਜੀ ਤੁਹਾਨੂੰ ਕਿਹਨੇ ਦੱਸਿਆ ਸੀ ਦੇਖ ਕੇ ਸੀ ਰਿਜ਼ਲਟ ਪੁੱਛਿਆ ਸੀ ਹਾਂਜੀ ਸਰਾਂ ਨੇ ਦੱਸਿਆ ਸੀ ਅੱਛਾ ਕੀ ਕਹਿੰਦੇ ਫੋਨ ਕਰਕੇ ਫੋਨ ਨਹੀਂ ਕਰਿਆ ਮੈਂ ਸਕੂਲ 'ਚ ਗਈ ਸੀ ਸਰ ਕਹਿੰਦੇ ਤੇਰਾ ਰਿਜ਼ਲਟ ਆ ਗਿਆ ਅੱਛਾ ਕਹਿੰਦੇ ਤੂੰ ਪਹਿਲੇ ਨੰਬਰ 'ਤੇ ਆਈ ਬਸ ਕਿਆ ਬਾਤ ਹੈ ਖੁਸ਼ੀ ਬਹੁਤ ਹੈ ਅਤੇ ਇੱਕ ਦਾਦੀ ਦੀ ਕਿੰਨੀ ਖੁਸ਼ੀ ਹੈ ਦਾਦੀ ਨੂੰ ਕਿੰਨੀ ਖੁਸ਼ੀ ਹੈ ਉਹ ਗੱਲਬਾਤ ਕਰਦੇ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਮਾਸਟਰਾਂ ਦਾ ਵੀ ਬਹੁਤ ਬਹੁਤ ਖੁਸ਼ੀ ਹੈ ਜੀ ਮੈਨੂੰ ਵੀ ਅੱਜ ਮੇਰੀ ਪੋਤੀ ਪਹਿਲੇ ਨੰਬਰ 'ਤੇ ਆ ਚੁੱਕੀ ਹੈ ਪਰਿਵਾਰ 'ਚ ਕੌਣ ਕੌਣ ਹੈ ਪਰਿਵਾਰ 'ਚ ਦੋ ਮੇਰੇ ਪੋਤੀਆਂ ਨੇ ਅਤੇ ਇੱਕ ਮੇਰਾ ਪੋਤਾ ਹੈਗਾ ਅਤੇ ਇੱਕ ਮੇਰੀ ਨੂੰਹ ਆ ਅਤੇ ਇੱਕ ਮੇਰਾ ਪੋਤਾ ਕਰਮਜੀਤ ਸਿੰਘ ਜੀ ਅੱਛਾ ਅੱਜ ਪੋਤੀ ਨੇ ਨਾਂ ਰੋਸ਼ਨ ਕੀਤਾ ਲੱਗਦਾ ਨਹੀਂ ਵੀ ਉਹ ਸੋਚ ਬਦਲਣੀ ਪਊਗੀ ਵੀ ਕੁੜੀਆਂ ਨੂੰ ਪਹਿਲ ਦੇਣੀ ਪਊ ਹੁਣ
ਨਾ ਜੀ ਮੈਂ ਤਾਂ ਬਹੁਤ ਖੁਸ਼ੀ ਕੀਤੀ ਹੈ, ਮੇਰੀ ਪੋਤੀ ਨੇ ਬਹੁਤ ਬਹੁਤ ਧੰਨਵਾਦ ਕਰਿਆ, ਅੱਜ ਸਾਰੇ ਮੈਨੂੰ ਵਧਾਈਆਂ ਦੇਈ ਜਾਂਦੇ ਨੇ, ਸਾਰਿਆਂ ਦਾ ਧੰਨਵਾਦ ਵੀ ਸਾਰਿਆਂ ਦਾ। ਅੱਛਾ ਅੱਜ ਰੋਸ਼ਨੀ ਕੀਤੀ ਹੈ ਜੀ, ਪੂਰੀ ਰੋਸ਼ਨੀ ਕੀਤੀ ਅੱਜ ਜੀ। ਅੱਛਾ ਲੋਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ, ਹਨਾ ਤੁਹਾਡੇ ਵਰਗੀਆਂ ਹੋਰ ਵੀ ਕੁੜੀਆਂ ਨੇ ਘਰਾਂ ਚ ਬੈਠੇ ਰਹਿੰਦੇ, ਪੜ੍ਹਦੀਆਂ ਘੱਟ ਨੇ, ਤੇ ਕੀ ਕਹੋਗੇ ਉਹਨਾਂ ਨੂੰ? ਉਹਨਾਂ ਨੂੰ ਕਹਾਂਗੇ ਤੁਸੀਂ ਪੜ੍ਹੋ, ਸਾਡੇ ਵਾਂਗ ਪਹਿਲੇ ਨੰਬਰ ਤੇ ਆਓ। ਅੱਛਾ, ਤੇ ਘਰ ਦੇ ਵਿੱਚ ਮਾਹੌਲ ਪੂਰਾ ਖੁਸ਼ੀ ਵਾਲਾ, ਸਾਰਾ ਪਿੰਡ ਆਇਆ ਖੜਾ, ਕਿਵੇਂ ਲੱਗ ਰਿਹਾ? ਬਾਤ ਹੋ ਰਹੀ ਸੋਚਿਆ ਸੀ ਕਦੇ? ਨਾਂ ਜੀ ਹੈਂ, ਨਾਂ ਜੀ। ਅੱਜ ਚੈਨਲਾਂ ਤੇ ਪੂਰਾ ਨਾਮ ਚੱਲ ਰਿਹਾ, ਨਵਦੀਪ ਭਾਈ ਫਸਟ ਆਈ ਹੈ, ਤਾਂ ਕਿਵੇਂ ਲੱਗਦਾ? ਬਾਤ ਹੋ ਰਹੀ ਆ, ਹੈਂ ਬਾਤ ਹੋ ਰਹੀ ਆ। ਅੱਛਾ, ਨਵਦੀਪ ਦੇ ਮਾਤਾ ਵੀ ਨੇ ਸਾਡੇ ਨਾਲ, ਕਿਵੇਂ ਲੱਗਦਾ ਬੱਚੀ ਨੇ ਨਾਂ ਰੋਸ਼ਨ ਕੀਤਾ? ਧੰਨਵਾਦ ਜੀ, ਬਹੁਤ ਵਧੀਆ, ਬਹੁਤ ਖੁਸ਼ੀ ਹੈ ਜੀ ਸਾਨੂੰ ਤਾਂ। ਅੱਛਾ ਹਾਂ ਜੀ, ਇਹ ਕੌਣ ਟੋਕਦਾ ਸਭ ਤੋਂ ਵੱਧ ਵੀ ਪੜ੍ਹ ਲੈ ਭਾਈ? ਬਹੁਤ ਜੀ, ਅਸੀਂ ਵੀ ਬਹੁਤ ਟੋਕਦੇ ਸੀਗੇ, ਪਰ ਇਹ ਆਪ ਹੀ ਮਿਹਨਤ ਬਹੁਤ ਕਰਦੀ ਸੀ ਜੀ, ਕਿਉਂਕਿ ਜਦੋਂ ਲੋਕਡਾਊਨ ਤੋਂ ਬਾਅਦ ਪੜ੍ਹਨ ਲੱਗੀ ਸੀ, ਇਹ ਬਹੁਤ ਮਿਹਨਤ ਕਰਦੀ ਸੀ, ਤੜਕੇ ਇਹ 5 ਵਜੇ ਬਹਿ ਜਾਂਦੀ ਸੀ ਜੀ ਜਦੋਂ ਇਹਦੇ ਪੇਪਰ ਸੀ। ਲੱਗਦਾ ਨਹੀਂ ਅੱਜ ਵੀ ਮੁੰਡੇ ਨਹੀਂ ਧੀਆਂ ਨਾਮ ਚਮਕਾਉਂਦੇ ਜੀ, ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਜੀ, ਕਿਉਂਕਿ ਧੀਆਂ ਤਾਂ ਵੱਧ ਕਰਦੀਆਂ ਮਾਂ ਪਿਓ ਦਾ, ਮੁੰਡੇ ਤਾਂ ਕਿਹੜਾ ਕੰਮ ਕਰਦੇ ਨੇ ਜੀ। ਅੱਛਾ ਹਾਂਜੀ, ਤੇ ਪੂਰਾ ਪਿੰਡ ਆਈ ਜਾਂਦਾ, ਸੋਚਿਆ ਸੀ ਕਦੇ ਐ ਵਧਾਈਆਂ ਮਿਲਣਗੀਆਂ ਐ ਚੈਨਲਾਂ ਤੇ ਨਾਮ ਆਊਗਾ ਕੁੜੀ ਦਾ? ਜੀ ਨਾ ਜੀ, ਪਰ ਆਪਾਂ ਕਹਿ ਰਹੇ ਸੀ ਜੀ ਵੀ ਕੁੜੀਆਂ ਤਾਂ ਬਹੁਤ ਪੜ੍ਹਦੀਆਂ ਨੇ, ਪਰ ਹੁਣ ਸਾਨੂੰ ਸਰ ਬਹੁਤ ਦੱਸਦੇ ਸੀਗੇ ਵੀ ਇਹ ਪੜ੍ਹਦੀ ਆ ਜੀ। ਅੱਛਾ ਹਾਂਜੀ, ਸਾਡੇ ਨਾਲ ਸਕੂਲ ਦਾ ਸਟਾਫ ਵੀ ਨੇ ਮੈਂਬਰ ਜਿਹੜੇ, ਕਿਵੇਂ ਲੱਗਦਾ ਬੱਚੀ ਨੇ ਨਾਮ ਹਾਸਲ ਕੀਤਾ? ਦੋਨੇ ਬੱਚੀਆਂ ਤੁਹਾਡੇ ਸਕੂਲ ਦੀਆਂ? ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ, ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਾਡੇ ਅਮਨਦੀਪ ਸਿੰਘ, ਉਹਨਾਂ ਦੀ ਯੋਗ ਅਗਵਾਈ ਦੇ ਅਧੀਨ ਅਤੇ ਸਾਡੇ ਸਕੂਲ ਮੁਖੀ ਗੁਰਪ੍ਰੀਤ ਸਿੰਘ ਅਤੇ ਸਾਰੇ ਸਟਾਫ ਦੀ ਮਿਹਨਤ ਦੀ ਬਦੌਲਤ ਇਹਨਾਂ ਬੱਚਿਆਂ ਨੇ ਯਾਨੀ ਇਹ ਪੁਜੀਸ਼ਨ ਹੈ ਜਿਹੜੀ ਇਹ ਹਾਸਲ ਕੀਤੀ ਹੈ। ਸੋ ਇਸ ਗੱਲ ਦੀ ਵਧਾਈ ਅਸੀਂ ਸਾਡੇ ਸਮੂਹ ਸਟਾਫ ਨੂੰ, ਪੂਰੇ ਇਹਨਾਂ ਪਰਿਵਾਰ ਨੂੰ, ਇਹਨਾਂ ਬੱਚਿਆਂ ਨੂੰ, ਕਿਉਂਕਿ ਇਸ ਬੂਟਿਆਂ ਨੂੰ ਲਾਉਣ ਵਾਸਤੇ ਸਾਨੂੰ 5 ਸਾਲ ਮਿਹਨਤ ਕਰਨੀ ਪਈ ਹੈ। ਸੋ ਉਸ ਕਰਕੇ ਅੱਜ ਅਸੀਂ ਉਸ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਹਾਂ, ਜਦੋਂ ਅਸੀਂ ਸ਼ੁਰੂ 'ਚ ਬੱਚੇ ਪੜ੍ਹਾਉਣੇ ਸ਼ੁਰੂ ਕੀਤੇ ਸੀ ਉਦੋਂ ਇਹ ਲੱਗਦਾ ਸੀ ਕਿ ਇਹਨਾਂ ਬੱਚਿਆਂ 'ਚ ਕੁਝ ਖਾਸ ਟੈਲੈਂਟ ਹੈ। ਸੋ ਇਸ ਕਰਕੇ ਉਸ ਟੈਲੈਂਟ ਨੂੰ ਅੱਜ ਪੰਜਾਬ ਭਰ ਦੇ ਵਿੱਚੋਂ ਜਦੋਂ ਪਹਿਲੀਆਂ ਦੂਜੀਆਂ ਪੁਜੀਸ਼ਨਾਂ ਹਾਸਲ ਸਰਕਾਰੀ ਪ੍ਰਾਇਮਰੀ ਸਕੂਲ ਅੱਲਾ ਕੋਠੇ ਨੇ ਹਾਸਲ ਕੀਤੀਆਂ ਨੇ, ਤਾਂ ਉਦੋਂ ਬਹੁਤ ਵੱਡੀ ਇਹ ਖੁਸ਼ੀ ਸਾਨੂੰ ਇਹ ਮਹਿਸੂਸ ਹੋ ਰਹੀ ਹੈ। ਸੋ ਸਾਡੇ ਕੋਲ ਅੱਜ ਜਿਹੜੀ ਚਾਹ ਇਹ ਚੱਕਿਆ ਨਹੀਂ ਜਾ ਰਿਹਾ। ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਲੋਕਾਂ ਦੀ ਇੱਕ ਸੋਚ ਬਣ ਗਈ ਸੀ ਵੀ ਪ੍ਰਾਈਵੇਟ ਸਕੂਲ ਜਿਹੜੇ ਨੇ ਮੋਹਰੀ ਹੁੰਦੇ ਨੇ, ਪ੍ਰਾਈਵੇਟ ਸਕੂਲਾਂ ਦੇ ਵਿੱਚ ਚੰਗੀ ਪੜ੍ਹਾਈ ਹੁੰਦੀ ਹੈ, ਤਾਂ ਥੋੜ੍ਹਾ ਜਿਹਾ ਅੰਤਰ ਲੱਗਦਾ ਅੱਜ? ਨਹੀਂ, ਇਹ ਤਾਂ ਸੋਚਣ ਦੀ ਗੱਲ ਹੈ ਜੇ ਕੌਣ ਕਿਵੇਂ ਨਜ਼ਰੀ ਨਾਲ ਸੋਚਦਾ। ਮਸਲਾ ਤਾਂ ਇਹ ਹੈ ਕਿ ਜਦੋਂ ਜਿਹੜੇ ਸਕੂਲਾਂ ਦੇ ਅੰਦਰ ਵਧੀਆ ਸਟਾਫ ਹੈ, ਵਧੀਆ ਇਨਫਰਾਸਟ੍ਰਕਚਰ ਹੈ, ਉੱਥੇ ਸਰਕਾਰੀ ਸਕੂਲਾਂ ਦੇ ਬਰਾਬਰ ਦਾ ਕੋਈ ਸਕੂਲ ਨਹੀਂ ਹੋ ਸਕਦਾ, ਕਿਉਂਕਿ ਸਾਰੇ ਸਟਾਫ ਟੈਲੈਂਟ ਮਿਹਨਤੀ ਸਟਾਫ ਨੇ। ਸੋ ਜਿਹੜੇ ਅਧਿਆਪਕ ਪੜ੍ਹਾਉਂਦੇ ਨੇ ਉਹਨਾਂ ਦੇ ਬੱਚੇ ਅੱਜ ਪੁਜੀਸ਼ਨਾਂ ਹਾਸਲ ਕਰਦੇ ਨੇ। ਸੋ ਮਾਂ ਬਾਪ ਦੀ ਵੀ ਇੱਕ ਜ਼ਿੰਮੇਵਾਰੀ ਹੈ ਕਿ ਜਦੋਂ ਕਈ ਵਾਰੀ ਮਾਂ ਬਾਪ ਵੀ ਆਪਣੀ ਰਿਸਪੋਂਸੀਬਿਲਟੀ ਪੂਰੀ ਨਹੀਂ ਨਿਭਾਉਂਦਾ, ਸਕੂਲ ਨਾਲ ਜੁੜ ਕੇ ਨਹੀਂ ਰਹਿੰਦਾ, ਸਕੂਲ ਦੀਆਂ ਗਤੀਵਿਧੀਆਂ ਨਾਲ ਨਹੀਂ ਜੁੜਦਾ, ਉਦੋਂ ਬੱਚੇ ਕਿਤੇ ਨਾ ਕਿਤੇ ਪਿੱਛੇ ਜਾਂਦੇ ਜਾਂ ਪਛੜ ਜਾਂਦੇ ਆ। ਪਰ ਜਦੋਂ ਇਹਨਾਂ ਮਾਂ ਬਾਪ ਦਾ ਮੈਂ ਅਸੀਂ ਇੱਕ ਦੇਖਿਆ ਕਿ ਅਨਪੜ੍ਹ ਹੋਣ ਦੇ ਬਾਵਜੂਦ ਵੀ ਇਹ ਸਕੂਲ ਨਾਲ ਜੁੜੇ ਰਹੇ, ਆਪਣੇ ਬੱਚੇ ਪ੍ਰਤੀ ਜੁੜੇ ਰਹੇ, ਇਹਨਾਂ ਬੱਚਿਆਂ ਨੂੰ ਘਰੇ ਵੀ ਬਿਠਾਉਂਦੇ ਰਹੇ, ਘਰੇ ਪੜ੍ਹਾਉਂਦੇ ਰਹੇ। ਸੋ ਉਹੀ ਜਿਹੜੀ ਮਿਹਨਤ ਜਿਹੜੇ ਸਕੂਲ ਦੇ ਵਿੱਚ ਅਧਿਆਪਕ ਵੀ ਕਰਾਉਂਦੇ ਆ ਅਤੇ ਮਾਂ ਬਾਪ ਵੀ ਘਰ ਦੇ ਵਿੱਚ ਆਪਣੇ ਬੱਚਿਆਂ ਦੀ ਨਜ਼ਰਸਾਨੀ ਕਰਦੇ ਆ। ਅੱਛਾ ਨਵਦੀਪ, ਕੀ ਬਣਨਾ ਵੱਡੇ ਹੋ ਕੇ? ਮੈਂ ਵੱਡੇ ਹੋ ਕੇ ਟੀਚਰ ਬਣਨਾ। ਅੱਛਾ, ਆਪਣੀ ਤਰ੍ਹਾਂ ਹੀ, ਮਤਲਬ ਜਿਵੇਂ ਤੁਹਾਨੂੰ ਟੀਚਰ ਪੜ੍ਹਾਉਂਦੇ ਉਵੇਂ ਹੀ ਪੜ੍ਹਾਉਂਗੇ? ਹਾਂਜੀ। ਹੈਂ? ਹਾਂਜੀ। ਬਹੁਤ ਪੜ੍ਹਨਾ ਪੈਂਦਾ ਟੀਚਰ ਬਣਨ ਵਾਸਤੇ? ਹਾਂਜੀ। ਕਰੋਗੇ ਮਿਹਨਤ ਫਿਰ ਪੂਰੀ? ਹਾਂਜੀ। ਹੈਂ? ਹਾਂਜੀ।
ਤੇ ਸਾਡੇ ਨਾਲ ਉਹ ਪਿਤਾ ਵੀ ਹੈ ਜਿਸ ਦਾ ਅੱਜ ਮਤਲਬ ਖੁਸ਼ੀ ਦਾ ਟਿਕਾਣਾ ਨਹੀਂ, ਹਨਾ, ਜਿਸ ਦੀ ਖੁਸ਼ੀ ਦਾ ਟਿਕਾਣਾ ਨਹੀਂ। ਕੀ ਨਾਮ ਬਾਈ ਜੀ? ਕਰਮਜੀਤ ਜੀ। ਹੈ ਜੀ, ਕਰਮਜੀਤ ਜੀ। ਕਰਮਜੀਤ ਜੀ ਕੀ ਕਰਦੇ ਹੋ ਤੁਸੀਂ? ਅਸੀਂ ਨਾਂ ਹੀ ਕਰਦੇ ਦਿਹਾੜੀ ਰੱਪਾ ਜੀ। ਅੱਛਾ, ਕਿਵੇਂ ਲੱਗਦਾ ਬੱਚੀ ਨੇ ਨਾਂ ਰੋਸ਼ਨ ਕੀਤਾ? ਹਾਂ, ਪੂਰਾ ਵਧੀਆ ਲੱਗਦਾ ਜੀ। ਹੈ ਪੂਰਾ ਵਧੀਆ, ਬੜੀ ਖੁਸ਼ੀ ਆਪਾਂ ਨੂੰ। ਅੱਛਾ, ਹਾਂ। ਤੇ ਅੱਜ ਕਿਤੇ ਨਾ ਕਿਤੇ ਲੋਕਾਂ ਦੀ ਸੋਚ ਵੀ ਬਦਲੀ ਹੋਣੀ? ਹਾਂ ਹਾਂ, ਬਹੁਤ ਬਦਲ ਗਈ ਜੀ। ਪੂਰਾ ਪਿੰਡ ਆਇਆ? ਹਾਂ ਹਾਂ। ਸੋਚਿਆ ਸੀ ਕਦੇ ਵੀ ਕੁੜੀ ਨੇ ਇੰਨਾ ਨਾਂ ਚਮਕਾਉਣਾ, ਪੂਰਾ ਪਿੰਡ ਵਧਾਈ ਦੇ ਕੇ ਜਾਊਗਾ? ਕਦੇ ਵੀ ਨਹੀਂ ਸੋਚਿਆ। ਅੱਛਾ, ਹਾਂ। ਅੱਛਾ, ਕੁਛ ਮੰਗਿਆ ਸੀ ਇਹਨੇ ਵੀ ਫਸਟ ਆਈ ਦਾ, ਮਤਲਬ ਕੀ ਕਹਿੰਦੀ ਸੀ ਰਿਜ਼ਲਟ ਤੋਂ ਪਹਿਲਾਂ? ਰਿਜ਼ਲਟ ਤੋਂ ਪਹਿਲਾਂ ਤਾਂ ਕੁਛ ਨਹੀਂ ਕਿਹਾ। ਅੱਛਾ, ਮੈਨੂੰ ਮਾਸਟਰਾਂ ਨੇ ਪਹਿਲੀ ਤਾਕ ਦੱਸਤਾ ਸੀਗਾ ਵੀ ਕਹਿੰਦਾ ਤੇਰੀ ਕੁੜੀ ਫਸਟ ਆਊਗੀ। ਅੱਛਾ, ਪਹਿਲੀ ਦੱਸਤਾ? ਹਾਂ, ਕਿਉਂਕਿ ਪੜ੍ਹਦੀ ਰਹਿੰਦੀ ਸੀ ਘਰੇ। ਕਿੰਨਾ ਕੁ ਟਾਈਮ ਪੜ੍ਹਦੀ ਫਿਰ? ਘਰੇ ਵਧੀਆ ਪੜ੍ਹਦੀ, ਫਿਰ ਖੇਡਣ ਜਾਂਦੀ ਸੀਗੀ। ਅੱਛਾ, ਨਾਲ ਖੇਡਦੀ ਵੀ ਸੀ, ਪੜ੍ਹਦੀ? ਹਾਂ, ਪੜ੍ਹਦੀ ਵੀ ਸੀ, ਖੇਡਦੀ ਵੀ ਸੀ। ਅੱਛਾ, ਇਹਨੇ ਕਿਹਾ ਵੀ ਟੀਚਰ ਬਣਨਾ, ਫਿਰ ਸਾਥ ਦੇਣਾ ਇਹਦਾ? ਹਾਂ ਹਾਂ, ਦੇਵਾਂਗੇ, ਫੁੱਲ ਦੇਵਾਂਗੇ, ਦੇਵਾਂਗੇ। ਕਰਦੇ ਕੀ ਹਾਲਾਤ ਹੁੰਦੇ ਨੇ, ਇੱਕ ਜਿਵੇਂ ਤੁਸੀਂ ਲੋਕਾਂ ਦੀ ਇੱਕ ਸੋਚ ਵੀ ਹੁੰਦੀ ਨਾ ਪ੍ਰਾਈਵੇਟ 'ਚ ਪੜ੍ਹਾਉਣ ਨਾਲ, ਅੱਜ ਕੀ ਕਹੋਗੇ ਉਹਨਾਂ ਲੋਕਾਂ ਨੂੰ? ਨਾ ਨਾ, ਕੋਈ ਫਾਇਦਾ ਨਹੀਂ ਪ੍ਰਾਈਵੇਟ ਤਾਂ। ਅੱਛਾ, ਸਰਕਾਰੀ 'ਚ ਪੜ੍ਹਾਵਾਂਗੇ। ਸਰਕਾਰੀ 'ਚ? ਸਰਕਾਰੀ 'ਚ ਵੀ ਬੱਚੇ ਫਸਟ ਆਉਂਦੇ, ਮਿਸਾਲਾਂ ਬਣ ਰਹੀਆਂ। ਕੀ ਕਹਿਣਾ ਚਾਹੋਗੇ ਹੁਣ ਸਕੂਲਾਂ ਦਾ ਬਦਲਾਅ ਹੋਏ ਨੇ, ਸਰਕਾਰ ਬਾਰੇ ਕੀ ਕਹੋਗੇ? ਸਰਕਾਰ ਬਾਰੇ ਤਾਂ ਆਪਾਂ ਕੀ ਕਹਿਣਾ ਜੀ, ਸਰਕਾਰ ਬਾਰੇ ਤਾਂ ਆਪਾਂ ਸਕੂਲਾਂ ਦੇ ਵਿੱਚ ਵੱਡੇ ਬਦਲਾਅ ਹੋਏ ਨੇ। ਹਾਂ ਹਾਂ, ਤਾਂ ਹੀ ਬੱਚੇ ਪੜ੍ਹਦੇ, ਕੀ ਕਹੋਗੇ ਉਹਨਾਂ ਵਾਸਤੇ? ਉਹਨਾਂ ਵਾਸਤੇ ਕੀ ਕਹਾਂਗੇ? ਤਾਂ ਬਿਲਕੁਲ ਇਹ ਪਰਿਵਾਰ ਅੱਜ ਖੁਸ਼ ਹੈ ਬਹੁਤ ਜ਼ਿਆਦਾ, ਅਤੇ ਬੱਚੀ ਨੇ ਦੂਸਰਾ ਸਥਾਨ ਹਾਸਲ ਕੀਤਾ ਪੂਰੇ ਪੰਜਾਬ ਦੇ ਵਿੱਚੋਂ। ਉਮਰ ਦਾ ਫਰਕ ਹੈ, ਨੰਬਰ ਪੂਰੇ ਨੇ, ਅਤੇ ਹਾਲਤ ਪਰਿਵਾਰ ਦੀ ਤੁਸੀਂ ਦੇਖ ਸਕਦੇ ਹੋ, ਖੁਸ਼ੀ ਜਿਹੜੀ ਆ ਬਹੁਤ ਜ਼ਿਆਦਾ। ਪੂਰਾ ਪਿੰਡ ਵਧਾਈ ਦੇਣ ਆ ਰਿਹਾ ਬੱਚੀ ਨੂੰ, ਅਤੇ ਬੱਚੀ ਦਾ ਸੁਪਨਾ ਹੈ ਵੀ ਟੀਚਰ ਬਣਨਾ, ਹੋਰ ਵੀ ਬੱਚਿਆਂ ਨੂੰ ਪੜ੍ਹਾਉਣਾ, ਅਤੇ ਬੱਚਿਆਂ ਦੇ ਲਈ ਪ੍ਰੇਰਣਾ ਸਰੋਤ ਵੀ ਬਣ ਰਹੀ ਹੈ ਨਵਦੀਪ। ਜਿਵੇਂ ਲੜਕੀਆਂ ਨੂੰ ਅਵਿਸ਼ਾਪ ਸਮਝਦੇ ਨੇ, ਲੜਕੀਆਂ ਨੂੰ ਪਿੱਛੇ ਸਮਝਦੇ, ਤਾਂ ਇਸ ਵਾਰ ਲੜਕੀਆਂ ਅੱਗੇ ਆ ਰਹੀਆਂ ਨੇ, ਅਤੇ ਹੋਰ ਵੀ ਲੜਕੀਆਂ ਅੱਗੇ ਆ ਸਕਦੀਆਂ ਨੇ ਜੇ ਲੜਕੀਆਂ ਨੂੰ ਖੁੱਲ੍ਹ ਦਿੱਤੀ ਜਾਊਗੀ, ਲੜਕੀਆਂ ਨੂੰ ਪਹਿਲ ਦਿੱਤੀ ਜਾਊਗੀ। ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ, ਰੋਜ਼ਾਨਾ ਸਪੋਕਸਮੈਨ, ਮਾਨਸਾ।